are watching Channel Y. Channel Y, a South Asian Canadian channel. ਰਵਾਇਤੀ ਲੋਕ ਸੰਗੀਤ ਦਾ ਉੱਚਾ ਦੁਮਾਲੜਾ ਬੁਰਜ ਅੱਜ ਢਹਿ ਢੇਰੀ ਹੋ ਗਿਆ। ਰਵਾਇਤੀ ਢਾਡੀ ਪਰੰਪਰਾ ਦੇ ਵਾਰਸ ਇੱਦੂ ਸ਼ਰੀਫ ਦਾ ਅੱਜ ਦੁਪਹਿਰ ਚੰਡੀਗੜ੍ਹ ਸਥਿਤ ਮਨੀਮਾਜਰਾ ਵਿਖੇ ਉਹਨਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਅੱਧ ਰੰਗ ਦੀ ਬਿਮਾਰੀ ਨਾਲ ਪੀੜਿਤ ਸਨ। ਇੱਦੂ ਸ਼ਰੀਫ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇੱਦੂ ਸ਼ਰੀਫ ਦੀਆਂ ਆਖਰੀਆਂ ਰਸਮਾਂ ਮਨੀਮਾਜਰਾ 'ਚ ਹੀ ਕੀਤੀਆਂ ਜਾਣਗੀਆਂ। ਇੱਦੂ ਸ਼ਾਹ ਦੀ ਗਾਈ ਹੋਈ ਹੀਰ ਦੀ ਕਲੀ ਦਾ ਕੋਈ ਜੋੜ ਅੱਜ ਤੱਕ ਨਹੀਂ ਮਿਲਦਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਢਾਡੀ ਅਤੇ ਲੋਕ ਗਾਇਕ ਇੱਦੂ ਸ਼ਰੀਫ ਪਿਛਲੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਿਤ ਸਨ। ਲੋਕ ਢਾਡੀਆਂ ਦੀ ਅਜੋਕੀ ਪੀੜ੍ਹੀ ਵਿੱਚ ਇੱਦੂ ਸ਼ਰੀਫ ਕਿਸੇ ਜਾਣ ਪਹਿਚਾਣ ਦਾ ਮਥਾਜ ਨਹੀਂ ਸੀ। ਸ਼ਰੀਫ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਨਾਭਾ ਤਹਿਸੀਲ ਦੇ ਪਿੰਡ ਲਲੋਡੇ ਵਿਖੇ ਪੰਜਾਬ ਵੰਡ ਦੇ ਦਿਨਾਂ ਵਿੱਚ ਪਿਤਾ ਇੱਦੂ ਖਾਂ ਦੇ ਘਰ ਮਾਤਾ ਜੀਵੀ ਦੀ ਕੁੱਖੋਂ ਹੋਇਆ। ਪਿਤਾ ਇੱਦੂ ਖਾਂ ਇਲਾਕੇ ਦਾ ਮੰਨਿਆ ਪ੍ਰਮੰਨਿਆ ਲੋਕ ਗਾਇਕ ਸੀ। ਇਸ ਤਰ੍ਹਾਂ ਇੱਦੂ ਸ਼ਰੀਫ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ। ਇੱਦੂ ਸ਼ਰੀਫ ਨੂੰ ਪਿਛਲੇ ਸਮੇਂ ਦੌਰਾਨ ਅਚਾਨਕ ਅਧਰੰਗ ਦਾ ਅਟੈਕ ਹੋਇਆ ਸੀ। ਪੰਜਾਬ ਦੇ ਉੱਗੇ ਢਾਡੀ ਇੱਦੂ ਸ਼ਰੀਫ ਦੀ ਆਰਥਿਕ ਹਾਲਤ ਬੇਹੱਦ ਮਾੜੀ ਸੀ। ਚੰਡੀਗੜ੍ਹ ਦੇ ਇਲਾਕੇ ਮਨੀਮਾਜਰਾ ਵਿੱਚ ਘਰ ਦੇ ਦੋ ਕਮਰਿਆਂ ਵਿੱਚ ਇੱਦੂ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਬਿਮਾਰੀ ਅਤੇ ਗਰੀਬੀ ਨੇ ਇੱਦੂ ਨੂੰ ਤੋੜ ਕੇ ਰੱਖ ਦਿੱਤਾ ਸੀ। ਇਸ ਦੌਰਾਨ ਸਮੇਂ ਦੀਆਂ ਸਰਕਾਰਾਂ ਅਤੇ ਗਾਇਕਾਂ ਨੇ ਭਾਵੇਂ ਇੱਦੂ ਸ਼ਰੀਫ ਦੀ ਮਾਲੀ ਮਦਦ ਕੀਤੀ, ਪਰ ਇੱਦੂ ਦੀ ਸਿਹਤ ਸੁਧਰਨ ਦੀ ਥਾਂ ਵਿਗੜਦੀ ਹੀ ਰਹੀ। ਇੱਕ ਵਾਰ ਪੰਜਾਬ ਸਰਕਾਰ ਨੇ ਉਸਨੂੰ ਇਲਾਜ ਲਈ ਲੱਖ ਰੁਪਈਆ ਦਿੱਤਾ ਸੀ, ਜੋ ਉਸਦੀ ਬਿਮਾਰੀ ਅੱਗੇ ਬਹੁਤ ਥੋੜ੍ਹਾ ਸੀ। ਗਾਇਕੀ ਰਾਹੀਂ ਹੀ ਇੱਦੂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਜੋ ਕੁਝ ਵੀ ਉਸਦੇ ਪੱਲੇ ਸੀ ਉਹ ਸਭ ਬਿਮਾਰੀ ਉੱਤੇ ਲੱਗ ਗਿਆ ਸੀ। ਆਖਰ ਵਿੱਚ ਜਿਸ ਗਾਇਕ ਨੂੰ ਸੁਣਨ ਲਈ ਹਜ਼ਾਰਾਂ ਲੋਕਾਂ ਦੀ ਭੀੜ ਉਮੜਦੀ ਸੀ, ਅੱਜ ਉਹ ਸਾਡੇ ਵਿੱਚ ਖਾਮੋਸ਼ ਹੋ ਗਿਆ ਅਤੇ ਸਾਨੂੰ ਅਲਵਿਦਾ ਕਹਿ ਗਿਆ। ਵਾਈ ਮੀਡੀਆ ਗਰੁੱਪ ਰਵਾਇਤੀ ਢਾਡੀ ਵਾਰਸ ਇੱਦੂ ਸ਼ਰੀਫ ਦੇ ਦੇਹਾਂਤ ਉੱਤੇ ਆਪਣੀ ਸ਼ਰਧਾਂਜਲੀ ਪ੍ਰਗਟ ਕਰਦਾ ਹੈ। ਬਿਊਰੋ ਰਿਪੋਰਟ, ਚੈਨਲ ਵਾਈ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।